ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਸਾਥੀਓ, ਆਹ ਦੋ ਤਿੰਨ ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ ਵਟਸਐਪ ਗਰੁੱਪ ਦੀ, ਉਹਦੇ ਬਾਰੇ ਗੱਲ ਕਰਨੀ ਹੈ ਅੱਜ। ਉਸ ਬੰਦੇ ਬਾਰੇ ਜਿਸਦੀ ਇਹ ਚੈਟ ਹੈ, ਵਟਸਐਪ 'ਤੇ ਚੈਟ ਹੋਈ ਹੈ, ਉਹਦੇ ਖਿਲਾਫ਼ ਪਰਚਾ ਦਰਜ ਕਰਾਉਣ ਬਾਰੇ DSP ਮਲੋਟ ਸਾਹਿਬ ਨੂੰ ਮਿਲੇ ਹੈ। ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ, ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ, ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ। ਅਤੇ ਮੈਂ ਤਾਂ ਬੇਨਤੀ ਕਰਦਾ ਸਾਰੇ ਸਿੱਖ ਸਮਾਜ ਨੂੰ ਕਿ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ। ਅੱਜ ਅਸੀਂ DSP ਮਲੋਟ ਸਾਹਿਬ ਨੂੰ ਮਿਲੇ ਹਾਂ, ਦਰਖਾਸਤ ਅਸੀਂ ਲਿਖਤੀ ਦੇਤੀ ਹੈ, ਕਿਉਂਕਿ ਦੋ ਤਿੰਨ ਦਿਨਾਂ ਦੇ ਉੱਤੋਂ ਇੱਕ ਸਪਸ਼ਟੀਕਰਨ ਬਾਰੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਪਰਮਜੀਤ ਸਿੰਘ ਕਾਲੀ ਦੀ, ਜਿਹੜਾ ਕਿ ਅੰਮ੍ਰਿਤਪਾਲ ਜਿਹੜਾ ਖਡੂਰ ਸਾਹਿਬ ਤੋਂ ਉਮੀਦਵਾਰ ਹੈ, ਉਹਦੀ ਇੱਕ ਉਹਨੇ ਸਪਸ਼ਟੀਕਰਨ ਵੀ ਦਿੱਤਾ ਵੀ ਮੇਰੀ ਇਹ ਚੈਟ ਨਹੀਂ, ਪਰ ਨਹੀਂ ਤੇਰੀ ਚੈਟ ਨਹੀਂ ਤਾਂ, ਪਰ ਸਾਡਾ ਫਰਜ਼ ਆ ਸਾਡੇ ਜਥੇਬੰਦੀਆਂ ਦਾ ਕਿ ਇਹਦੀ ਕੰਪਲੇਂਟ ਕੀਤੀ ਜਾਵੇ, ਤਾਂ ਕਿ ਕੋਈ ਹੋਰ ਨਾਗਾਤ ਉਹ ਜਾਤ ਪਾਤ ਦੀਆਂ ਗੱਲਾਂ ਕਰੇ। ਜਾਤ ਪਾਤ ਦੀਆਂ ਕੀ ਐਡੀਆਂ ਅਸਲੀਲ ਗੱਲਾਂ ਕੀਤੀਆਂ ਉਹਨੇ ਚੈਟ ਦੇ ਵਿੱਚ ਕਿ ਮਜ਼੍ਹਬੀ ਸਿੱਖਾਂ ਦੀਆਂ, ਰਵਿਦਾਸੀਆਂ ਸਿੱਖਾਂ ਦੀਆਂ ਚੂੜੀਆਂ ਚਮਿਆਰੀਆਂ ਤਾਂ ਹਜ਼ਾਰ ਹਜ਼ਾਰ ਰੁਪਈਏ ਪਿੱਛੇ ਵਿਕ ਜਾਂਦੀਆਂ ਅਤੇ 500-500 ਪਿੱਛੇ ਵੋਟ 'ਚ ਵਿਕ ਜਾਣਗੇ, ਖਰੀਦ ਲਓ। ਅਤੇ ਮੈਂ ਚੇਅਰਮੈਨ ਲੋਕ ਭਲਾਈ ਸੇਵਾ ਦਲ ਪੰਜਾਬ ਅਤੇ ਮੇਰੇ ਨਾਲ ਸੰਵਿਧਾਨ ਬਚਾਓ, ਪੰਜਾਬ ਬਚਾਓ ਦੇ ਜਿਹੜੇ ਸੂਬਾ ਪ੍ਰਧਾਨ ਹੈ ਅਤੇ ਬਾਕੀ ਤਰਨਾ ਦਲ ਦੇ, ਕਿਉਂਕਿ ਅਸੀਂ ਇਲੈਕਸ਼ਨ ਦਾ ਟਾਈਮ ਹੈ, ਚੋਣ ਜਾਬਤਾ ਲੱਗਾ ਹੋਇਆ, ਅਸੀਂ ਉਹਨਾਂ ਇਕੱਠ ਨਹੀਂ ਕੀਤਾ ਅਤੇ ਅਸੀਂ ਚੋਣ ਜਾਬਤੇ ਨੂੰ ਵੇਖਦੇ ਹੋਏ ਅਤੇ ਸੰਵਿਧਾਨ ਦੀਆਂ ਸਿਧਾਂਤਾਂ ਨੂੰ ਵੇਖਦੇ ਹੋਏ ਉਹਨਾਂ ਹੀ ਇਕੱਠ ਕਰਕੇ ਕੰਪਲੇਂਟ ਕੀਤੀ ਹੈ। ਅਤੇ ਬਾਕੀ ਆਹ ਮੇਰੇ ਦੋਸਤ ਹੈਗੇ ਹੈ, ਇਹ ਵੀ ਪ੍ਰਧਾਨ ਨੇ ਸੰਵਿਧਾਨ ਬਚਾਓ ਪੰਜਾਬ ਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜੀ ਚੈਟ ਦੇਖੀ ਆ, ਬੜੀ ਸਾਨੂੰ ਦੁੱਖ ਹੋਇਆ ਕਿ ਇਹੋ ਜਿਹੇ ਵੀ ਸਮਾਜ ਦੇ ਵਿੱਚ ਅਨਸਰ ਬੈਠੇ ਆ ਜਿਹੜੇ ਕਿ ਆਪਣੀਆਂ ਜਿਹੜੀਆਂ ਛੋਟੀਆਂ ਕਾਸਟਾਂ ਉਹਨਾਂ ਦੇ ਬਾਰੇ ਗਲਤ ਬੋਲਦੇ ਆ, ਜਿਵੇਂ ਕਿ ਉਸਨੇ ਟਾਰਗੇਟ ਇਕੱਲੇ ਵੋਟ ਨੂੰ ਨਹੀਂ, ਜਾਤੀ ਨੂੰ ਵੀ ਕੀਤਾ, ਸੰਵਿਧਾਨ ਨੂੰ ਵੀ ਕੀਤਾ। ਤਾਂ ਅਸੀਂ ਚਾਹੁੰਦੇ ਉਹਨਾਂ 'ਤੇ ਸਖ਼ਤ ਕਾਰਵਾਈ ਹੋਵੇ, ਪ੍ਰਸ਼ਾਸਨ ਦੇ ਅੱਗੇ ਕਹਿੰਦੇ ਹਾਂ ਵੀ ਹੁਣ ਤਾਂ ਚੋਣ ਜਾਬਤਾ ਲੱਗਿਆ ਹੋਇਆ ਅਤੇ ਜੇ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਸੰਘਰਸ਼ ਵੀ ਵਿੱਢਾਂਗੇ ਇਸ ਦੇ ਖਿਲਾਫ਼, ਨਹੀਂ ਉਸ 'ਤੇ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ। ਸਾਡੇ ਨਾਲ ਦਸ਼ਮੇਸ਼ ਤਰਨਾ ਦਲ ਤੋਂ ਬਾਬਾ ਰਣਜੀਤ ਸਿੰਘ ਜਹੇਦਾਰ ਮੁਕਤਸਰ ਤੋਂ, ਉਹਨਾਂ ਨਾਲ ਵੀ ਗੱਲਬਾਤ ਹੋਈ ਆ, ਉਹਨਾਂ ਦੇ ਦਲ ਤੋਂ ਬੰਦੇ ਵੀ ਸਾਡੇ ਕੋਲ ਪਹੁੰਚੇ ਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਦਾ ਪੂਰਾ ਜ਼ੋਰ ਤੋਰ 'ਤੇ ਵਿਰੋਧ ਕਰਾਂਗੇ ਅਤੇ ਉਸ 'ਤੇ ਸਖ਼ਤ ਕਾਰਵਾਈ, ਕਾਨੂੰਨੀ ਕਾਰਵਾਈ ਕਰਵਾਉਂਗੇ। ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਲੈਕਸ਼ਨ 1 ਤਰੀਕ ਤੱਕ ਵੋਟਾਂ ਪੈਣੀਆਂ, 4 ਤੋਂ ਬਾਅਦ ਜਿਹੜੀ ਵੀ ਬਣਦੀ ਹੈ, ਜਿਹੜਾ ਵੀ ਇਹਦੇ ਘੇਰੇ 'ਚ ਚਾਹੁੰਦਾ ਸਾਈਬਰ ਕ੍ਰਾਈਮ ਦੇ, ਜਿੱਥੇ ਸਾਈਬਰ 'ਤੇ ਹੋਇਆ ਨਾ, ਸਾਈਬਰ ਤੋਂ ਇਹਦੀ ਕਾਰਵਾਈ ਹੋਣੀ ਹੈ। ਜਿਹੜਾ ਵੀ ਘੇਰਾ ਹੋਇਆ ਉਹਦੇ 'ਤੇ ਪਰਚਾ ਦਰਜ ਕਰ ਦਿਓ। ਫਿਰ ਵੀ ਜੇਕਰ ਪ੍ਰਸ਼ਾਸਨ ਢਿੱਲ ਬਿਰਥ ਵਰਤੂਗਾ ਤਾਂ ਫਿਰ ਆਲ ਜਥੇਬੰਦੀਆਂ ਵੱਲੋਂ ਅਸੀਂ ਚੋਣ ਜ਼ਾਬਤੇ ਨੂੰ ਵੇਖਦੇ ਹੋਏ, ਸੰਵਿਧਾਨ ਨੂੰ ਵੇਖਦੇ ਹੋਏ ਅਸੀਂ ਉਹੋ ਜਿਹੀ ਕੋਈ ਕਾਰਵਾਈ ਨਹੀਂ ਕਰ ਰਹੇ। ਉਸ ਤੋਂ ਬਾਅਦ ਅਸੀਂ ਹੋ ਸਕਦਾ ਧਰਨਾ ਵੀ ਲਾ ਲਈਏ ਆਲ ਜਥੇਬੰਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।